ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਚਾਹੁਣ ਵਾਲੇ ਸਾਰੇ ਹੀ ਪੰਜਾਬੀਆਂ ਨੂੰ ਪੰਜਾਬ ਸਿੰਘ ਵੱਲੋਂ ਜੀ ਆਇਆਂ ਨੂੰ ਇੱਕ ਉਮੀਦ ਨਾਲ ਤੁਹਾਡੇ ਨਾਲ ਸਾਂਝ ਬਣਾਉਣ ਲੱਗੇ ਹਾਂ ਕਿ ਤੁਸੀਂ ਸਾਥ ਦੇਵੋਗੇ। ਇਸ ਚੈਨਲ 'ਤੇ ਅਸੀਂ ਪਹਿਲੀ ਵੀਡੀਓ ਪਾਉਣ ਲੱਗੇ ਹਾਂ। ਇਸ ਪਹਿਲੀ ਵੀਡੀਓ ਨੂੰ ਧਿਆਨ ਨਾਲ ਦੇਖਣਾ, ਸੁਣਨਾ ਅਤੇ ਵਿਚਾਰਨਾ, ਅੱਗੇ ਸਾਂਝ ਜ਼ਰੂਰ ਬਣਾਉਣੀ। ਅਸਲ ਦੇ ਵਿੱਚ ਇਸ ਪਹਿਲੀ ਵੀਡੀਓ ਨੂੰ ਬਣਾਉਣ ਦਾ ਮਕਸਦ ਸਾਡਾ ਕੀ ਹੈ, ਇਸ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਇੱਕ ਬੇਨਤੀ ਕਿ ਵੱਧ ਤੋਂ ਵੱਧ ਇਸ ਵੀਡੀਓ ਨਾਲ ਸਾਂਝ ਬਣਾਉਣੀ ਹੈ ਅਤੇ ਅੱਗੇ ਸਾਂਝ ਬਣਵਾਉਣੀ ਹੈ। ਮਤਲਬ ਜਿੰਨੇ ਵੀ ਤੁਹਾਡੇ ਅੱਗੇ ਦੋਸਤੀ ਦੇ ਦਾਇਰੇ 'ਚ ਸੱਜਣ ਨੇ ਉਹਨਾਂ ਨਾਲ ਸਾਂਝੀ ਜ਼ਰੂਰ ਕਰਿਓ ਤਾਂ ਜੋ ਅਸੀਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਵੱਧ ਤੋਂ ਵੱਧ ਕੋਸ਼ਿਸ਼ ਕਰ ਸਕੀਏ। ਅੱਜ ਦਾ ਸਾਡਾ ਵਿਸ਼ਾ ਵਿਦਿਆਰਥੀ ਜੀਵਨ ਅਤੇ ਮਾਪਿਆਂ ਦੇ ਮਨਾਂ 'ਚ ਜੋ ਆਪਣੇ ਬੱਚਿਆਂ ਲਈ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਪੜ੍ਹਾਈ ਨੂੰ ਕਰਨ ਦਾ ਢੰਗ ਕਿ ਉਹਨਾਂ ਨੂੰ ਕਿਸ ਢੰਗ ਨਾਲ ਪੜ੍ਹਾਇਆ ਜਾਵੇ ਜਾਂ ਕਿਸ ਢੰਗ ਨਾਲ ਉਹਨਾਂ ਦੀ ਪੜ੍ਹਾਈ ਦੇ ਵਿੱਚ ਰੁਚੀ ਪੈਦਾ ਕੀਤੀ ਜਾਵੇ। ਸਭ ਤੋਂ ਵੱਡੀ ਸਮੱਸਿਆ ਇਹੋ ਹੈ ਕਿ ਜ਼ਿਆਦਾਤਰ ਸਾਡਾ ਜਿਹੜਾ ਵਿੱਦਿਅਕ ਸਿਸਟਮ ਹੈ ਉਹ ਰੱਟਾ ਸਿਸਟਮ 'ਤੇ ਚੱਲਦਾ ਅਤੇ ਜਾਂ ਫਿਰ ਇੱਕ ਸਾਡੇ ਇੱਕ ਆਮ ਫੈਸ਼ਨ ਹੋ ਗਿਆ ਹੈ ਕਿ ਸਕੂਲ ਦੇ ਵਿੱਚ ਪੜ੍ਹੋ, ਬੇਸ਼ੱਕ ਉੱਤੇ ਪੜ੍ਹਾਉਣ ਦੀ ਬਹੁਤ ਵਧੀਆ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਸਾਡੇ ਮਨ 'ਚ ਇੱਕ ਜਾਂ ਇਹ ਕਹਿ ਸਕਦੇ ਕਿ ਮਾਨਸਿਕ ਤੌਰ 'ਤੇ ਇੱਕ ਪੁਆਇੰਟ ਬਣ ਚੁੱਕਿਆ ਕਿ ਅਸੀਂ ਬਸ ਟਿਊਸ਼ਨ ਪੜ੍ਹਾਉਣਾ ਹੀ ਪੜ੍ਹਾਉਣਾ। ਕਿਤੇ ਨਾ ਕਿਤੇ ਮਜਬੂਰੀ ਹੋ ਸਕਦੀ ਹੈ, ਕਿਤੇ ਨਾ ਕਿਤੇ ਜ਼ਰੂਰਤ ਹੋ ਸਕਦੀ ਹੈ, ਪਰ ਜ਼ਿਆਦਾਤਰ ਅੱਜ ਕੱਲ੍ਹ ਟਿਊਸ਼ਨ ਦੇ ਨਾਂ 'ਤੇ ਜਾਂ ਕੋਚਿੰਗ ਸੈਂਟਰਾਂ ਦੇ ਨਾਂ 'ਤੇ ਇੱਕ ਫੈਸ਼ਨ ਬਣ ਚੁੱਕਿਆ ਹੈ। ਇੱਥੇ ਸਿਰਫ ਵਿਦਿਆਰਥੀ ਹੀ ਨਹੀਂ ਸਗੋਂ ਮੁਕਾਬਲੇ ਦੀਆਂ ਪ੍ਰੀਖਿਆ ਦੇਣ ਦੇ ਲਈ ਜੋ ਆਪੋ ਆਪਣੀ ਤਿਆਰੀ ਕਰ ਰਹੇ ਨੇ ਉਹ ਵੀ ਇਸ ਦਾ ਸ਼ਿਕਾਰ ਹੋ ਰਹੇ ਨੇ। ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਲਈ ਕੋਚਿੰਗ ਸੈਂਟਰਾਂ ਵੱਲ ਭੱਜਦੇ ਨੇ ਅਤੇ ਸਾਡਾ ਵਿਦਿਆਰਥੀ ਜੀਵਨ ਜਿਹਨੂੰ ਅਸੀਂ ਇਹ ਕਹਿ ਸਕਦੇ ਕਿ ਸਕੂਲ ਦੇ ਸਮੇਂ ਤੋਂ ਲੈ ਕੇ ਕਿ ਉਹ ਇਸ ਦੁਚਿੱਤੀ 'ਚ ਵੜਿਆ ਹੈ ਕਿ ਉਹਨੂੰ ਕਿਉਂ ਲੋੜ ਪੈ ਰਹੀ ਹੈ, ਇਹ ਸਮਝਣ ਦੀ ਲੋੜ ਹੈ ਸਾਨੂੰ ਅਤੇ ਸਮਝਾਉਣ ਦੀ ਲੋੜ ਹੈ। ਕਿਉਂ ਨਹੀਂ ਕੋਸ਼ਿਸ਼ ਕੀਤੀ ਜਾ ਸਕਦੀ, ਅਸੀਂ ਕੋਸ਼ਿਸ਼ ਕਰ ਸਕਦੇ ਹਾਂ, ਥੋੜ੍ਹਾ ਜਿਹਾ ਧਿਆਨ ਦੇਣਾ ਪੈਣਾ। ਅਸੀਂ ਉਸ ਬੱਚਿਆਂ ਨੂੰ ਉਹਨਾਂ ਨੂੰ ਜੋ ਇਸ ਚੀਜ਼ ਤੋਂ ਦੌੜ ਰਹੇ ਨੇ, ਭੱਜ ਰਹੇ ਨੇ, ਉਹਨਾਂ ਦੀ ਰੁਚੀ ਪੈਦਾ ਕਰਨੀ ਪੈਣੀ ਹੈ। ਉਸ ਰੁਚੀ ਨੂੰ ਪੈਦਾ ਕਰਨ ਦੇ ਲਈ ਸਿਰਫ ਦੋ ਢੰਗ ਵਰਤੇ ਜਾ ਸਕਦੇ ਨੇ ਕਿ ਉਹਨਾਂ ਦੇ ਵਿੱਚ ਕਿਤਾਬਾਂ ਨੂੰ ਪੜ੍ਹਨ ਪ੍ਰਤੀ ਰੁਚੀ ਪੈਦਾ ਕਰੋ। ਵਿਸ਼ੇ ਦੀ ਕਿਤਾਬ ਪੜ੍ਹਨ ਲਈ ਰੁਚੀ ਪੈਦਾ ਕਰਨ ਤੋਂ ਪਹਿਲਾਂ ਉਹਨਾਂ ਨੂੰ ਉਹਨਾਂ ਦੀ ਪਸੰਦ, ਜੋ ਕੁਛ ਪੜ੍ਹਨਾ ਚਾਹੁੰਦੇ ਆਪਣੇ ਧਿਆਨ ਦੇ ਵਿੱਚ ਰੱਖ ਦਿਓ, ਕਿਤਾਬਾਂ ਨਾਲ ਉਹਨਾਂ ਨੂੰ ਮੋਹ ਪਾਓ। ਜਦੋਂ ਉਹਨਾਂ ਨੂੰ ਕਿਤਾਬਾਂ ਨੂੰ ਪੜ੍ਹਨ ਦਾ ਸ਼ੌਂਕ ਪੈਦਾ ਹੋ ਗਿਆ ਤਾਂ ਫਿਰ ਉਹ ਆਪਣੇ ਵਿਸ਼ੇ ਦੀ ਕਿਤਾਬ ਨੂੰ ਵੀ ਬੜੇ ਢੰਗ ਨਾਲ ਪੜ੍ਹਨਗੇ, ਬੜੇ ਧਿਆਨ ਨਾਲ ਪੜ੍ਹਨਗੇ। ਇਹ ਮੇਰਾ ਵਾਅਦਾ ਰਿਹਾ ਅਤੇ ਇੱਕ ਤਜਰਬਾ ਵੀ ਹੈ। ਜਦੋਂ ਉਹ ਕਿਤਾਬ ਨੂੰ ਡੂੰਘਾਈ 'ਚ ਪੜ੍ਹਨਾ ਸ਼ੁਰੂ ਕਰ ਦੇਣਗੇ ਅਤੇ ਫਿਰ ਉਹ ਰੁਚੀ ਲੈਣ ਲੱਗ ਜਾਣਗੇ ਉਸ ਵਿਸ਼ੇ ਦੇ ਵਿੱਚ, ਤਾਂ ਜਿੱਥੋਂ ਤੱਕ ਮੇਰਾ ਤਜਰਬਾ ਹੈ ਤਾਂ ਉਹਨਾਂ ਨੂੰ ਕਦੇ ਵੀ ਜ਼ਰੂਰਤ ਨਹੀਂ ਪਵੇਗੀ ਕਿਸੇ ਟਿਊਸ਼ਨ ਦੀ ਜਾਂ ਕਿਸੇ ਕੋਚਿੰਗ ਸੈਂਟਰ ਦੀ। ਅਸਲ ਦੇ ਵਿੱਚ ਸਾਡੇ 'ਚ ਕਮੀ ਇਹੋ ਆ ਅਤੇ ਇਸ ਕਮੀ ਨੂੰ ਦੂਰ ਵੀ ਅਸੀਂ ਕਰਨਾ। ਮੈਂ ਕੋਸ਼ਿਸ਼ ਕਰਾਂਗਾ ਤੁਹਾਡੀਆਂ ਉਹਨਾਂ ਸਮੱਸਿਆਵਾਂ ਨੂੰ ਅੱਗੇ ਲੈ ਕੇ ਆਵਾਂ ਅਤੇ ਉਹਨਾਂ ਦੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ। ਤੁਸੀਂ ਸਿਰਫ ਸਾਥ ਦੇਣਾ। ਕਿਸੇ ਵੀ ਵਿਸ਼ੇ ਸੰਬੰਧੀ, ਕਿਸੇ ਵੀ ਵਿਸ਼ੇ 'ਤੇ ਤੁਹਾਨੂੰ ਕੋਈ ਸਵਾਲ ਹੈ ਤੁਸੀਂ ਇਸ ਕਮੈਂਟ ਦੇ ਵਿੱਚ ਲਿਖ ਸਕਦੇ ਹੋ। ਅਗਲੀ ਵੀਡੀਓ ਦੇ ਵਿੱਚ ਕੋਸ਼ਿਸ਼ ਕਰਾਂਗੇ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਅਤੇ ਤੁਹਾਡੀ ਉਹਨਾਂ ਸਵਾਲਾਂ ਦੇ ਜਵਾਬ ਦੇ ਸੰਬੰਧੀ ਵਿਚਾਰ ਚਰਚਾ ਕਰਾਂਗੇ। ਹੁਣ ਇਸ ਨੂੰ ਕਿਸ ਢੰਗ ਨਾਲ ਕੀਤਾ ਜਾਵੇ? ਇੰਗਲਿਸ਼ ਦੇ ਵਿੱਚ ਵਰਡ ਆਮ ਵਰਤਿਆ ਜਾਂਦਾ ਅੱਜ ਕੱਲ੍ਹ ਸਾਡੇ ਸੈਲਫ ਸਟੱਡੀ।
ਬਿਲਕੁਲ ਹਾਂਜੀ, ਪੰਜਾਬੀ 'ਚ ਕਿਹਾ ਜਾਵੇ ਤਾਂ ਸਵੈ ਅਧਿਐਨ ਬੜਾ ਸੋਹਣਾ ਢੰਗ ਹੈ ਪੜ੍ਹਨ ਦਾ, ਕਿਤਾਬਾਂ ਨਾਲ ਦੋਸਤੀ ਪਾਉਣ ਦਾ ਢੰਗ। ਅਤੇ ਸਭ ਤੋਂ ਪਹਿਲ ਕਿਤਾਬਾਂ ਨਾਲ ਕਰਨੀ ਹੈ ਅਸੀਂ, ਪਰ ਫਿਰ ਵੀ ਕਈ ਵਾਰ ਕੁਝ ਇਸ ਤਰ੍ਹਾਂ ਦੀ ਜਾਣਕਾਰੀ ਹੈ ਜਿਹੜੀ ਸਾਨੂੰ ਕਿਤਾਬਾਂ 'ਚੋਂ ਨਹੀਂ ਲੱਭਦੀ। ਅਤੇ ਫਿਰ ਹਰ ਘਰ ਦੇ ਵਿੱਚ ਜਿੱਥੋਂ ਤੱਕ ਮੈਨੂੰ ਪਤਾ ਹੈ ਕਿ ਇੰਟਰਨੈਟ ਤਾਂ ਚੱਲਦਾ ਹੀ ਚੱਲਦਾ ਹੈ, ਹਰ ਘਰ ਦੇ ਵਿੱਚ ਮੋਬਾਈਲ ਹੈ, ਯੂਟਿਊਬ ਚੱਲਦੀ ਹੈ। ਪਰ ਸਮੱਸਿਆ ਹੈ ਕਿ ਜਦੋਂ ਯੂਟਿਊਬ 'ਤੇ ਅਸੀਂ ਪੰਜਾਬ ਨਾਲ ਸੰਬੰਧਿਤ ਜਿਹੜੇ ਖਾਸ ਕਰਕੇ ਬੱਚੇ ਨੇ ਜਦੋਂ ਕੁਛ ਨਾ ਕੁਛ ਸਰਚ ਕਰਦੇ ਨੇ, ਉਹਨਾਂ ਨੂੰ ਪੰਜਾਬੀ ਭਾਸ਼ਾ ਦੇ ਨਾਲ ਸੰਬੰਧਿਤ ਜਿੰਨੇ ਵੀ ਵਿਸ਼ੇ ਨੇ ਉਹਨਾਂ ਨੂੰ ਕੁਛ ਮਿਲ ਨਹੀਂ ਰਿਹਾ। ਉੱਥੇ ਦੋ ਚਾਰ ਚੈਨਲ ਕੁਛ ਕੰਮ ਕਰ ਰਹੇ ਨੇ ਇਸ ਵਿਸ਼ੇ 'ਤੇ, ਲੈ ਕੇ ਬੜਾ ਚੰਗਾ ਲੱਗ ਰਿਹਾ, ਅਤੇ ਅਸੀਂ ਉਹੀ ਕੋਸ਼ਿਸ਼ ਕਰਨੀ ਹੈ। ਸਾਡਾ ਇਹ ਚੈਨਲ ਇਹੋ ਕੋਸ਼ਿਸ਼ ਕਰੇਗਾ, ਤੁਸੀਂ ਸਿਰਫ ਸਾਥ ਦੇਣਾ, ਹੱਲਾ ਸੇਰੀ ਤੁਹਾਡੀ ਹੋਵੇਗੀ, ਲਾਈਕ ਕਰਨ ਅਤੇ ਸ਼ੇਅਰ ਕਰਨ ਨਾਲ ਆ ਸਾਡਾ ਹੌਸਲਾ ਵਧੇਗਾ ਅਤੇ ਅਸੀਂ ਅੱਗੇ ਤੋਂ ਵਧੀਆ ਵੀਡੀਓ ਤੁਹਾਡੇ ਨਾਲ ਸਾਂਝ ਬਣਾਉਂਦੇ ਰਹਾਂਗੇ। ਦੂਜੇ ਨੰਬਰ 'ਤੇ ਸੈਲਫ ਸਟੱਡੀ ਦੇ ਵਿੱਚ ਪਹਿਲਾਂ ਕਿਤਾਬਾਂ ਨਾਲ ਦੋਸਤੀ, ਦੂਜੇ ਨੰਬਰ 'ਤੇ ਯੂਟਿਊਬ ਰਾਹੀਂ ਅਸੀਂ ਪੜ੍ਹਾਈ ਨੂੰ ਕਿੱਦਾਂ ਕਰ ਸਕਦੇ ਹਾਂ। ਬੜਾ ਸੋਹਣਾ ਢੰਗ ਹੈ, ਉਸ ਵਿਸ਼ੇ ਨਾਲ ਸੰਬੰਧਿਤ ਜਿਸ ਟੋਪਿਕ 'ਤੇ ਜਿਸ ਬਾਰੇ ਤੁਸੀਂ ਜਾਣਕਾਰੀ ਲੈਣੀ ਉਹਨੂੰ ਸਰਚ ਕਰੋ, ਕੋਸ਼ਿਸ਼ ਕਰਾਂਗੇ, ਜ਼ਰੂਰ ਅਸੀਂ ਤੁਹਾਡਾ ਸਾਥ ਦੇਵਾਂਗੇ। ਇਹਦੀ ਇੱਕ ਬੜੀ ਵੱਡੀ ਉਦਾਹਰਨ ਤੁਹਾਡੇ ਨਾਲ ਸਾਂਝੀ ਕਰਨ ਲੱਗਿਆਂ, ਤੁਸੀਂ ਗੌਰ ਕਰਿਓ, ਤੁਹਾਡੇ ਆਲੇ ਦੁਆਲੇ ਤੁਹਾਡੇ ਇਲਾਕੇ 'ਚ ਬੜੇ ਇਸ ਤਰ੍ਹਾਂ ਦੇ ਵਿਦਿਆਰਥੀ ਮਿਲਣਗੇ ਜਿਨ੍ਹਾਂ ਨੇ ਯੂਟਿਊਬ ਰਾਹੀਂ ਇੰਟਰਨੈਟ ਰਾਹੀਂ ਜਾਂ ਕਿਤਾਬਾਂ ਨਾਲ ਸਾਂਝ ਪਾ ਕੇ ਟੌਪ ਕੀਤਾ, ਉਹਨਾਂ ਬੜੀਆਂ ਮੈਰਿਟ ਲਿਸਟਾਂ ਦੇ ਵਿੱਚ ਆਏ ਹੋਣੇ ਆ। ਆਪਣੇ ਪੰਜਾਬ ਦੇ ਇੱਕ ਲੁਧਿਆਣਾ ਜ਼ਿਲ੍ਹੇ ਦੇ ਵਿੱਚ, ਹਾਂਜੀ ਇਹ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ, ਇਹ ਆਪਣੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਇੱਕ ਕਿਤਾਬਚੇ ਦੇ ਰੂਪ ਦੇ ਵਿੱਚ ਛਾਪਿਆ ਹੋਇਆ, ਉਹਦੇ ਉੱਪਰੋਂ ਇਹ ਤੁਹਾਡੇ ਨਾਲ ਸਾਂਝ ਬਣਾਉਣ ਲੱਗਿਆ ਕਿ 50 ਲੱਖ ਦਾ ਵਜ਼ੀਫਾ ਜਿੱਤਣ ਵਾਲੀ ਲੁਧਿਆਣਾ ਦੀ ਜੰਮਪਲ ਬੇਟੀ ਸਾਹਮਣੇ ਤੁਹਾਡੇ। ਇਹ ਵਿਚਾਰ ਨਹੀਂ, ਸਿਰਫ ਸਟੱਡੀ ਕਰੋ ਅਤੇ ਕੋਚਿੰਗ ਸੈਂਟਰਾਂ ਤੋਂ ਬਚੋ, ਅਤੇ ਜੋ ਵੀ ਵਿਚਾਰ ਉਹਨਾਂ ਨੇ ਦਿੱਤੇ ਅਤੇ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ। ਬਿਲਕੁਲ ਹਾਂਜੀ, ਇਹ ਖੁਦ ਉਹਨਾਂ ਦਾ ਨਾਮ ਹੇਠਾਂ ਲਿਖਿਆ ਹੋਇਆ, ਜਲਨਿਧ ਕੌਰ। ਪੜ੍ਹਾਈ ਦੇ ਨਾਮ 'ਤੇ ਮਾਤਾ ਪਿਤਾ ਦਾ ਪੈਸਾ ਅਤੇ ਆਪਣਾ ਕੀਮਤੀ ਸਮਾਂ ਬਰਬਾਦ ਨਾ ਕਰੋ। ਬਿਲਕੁਲ, ਜੇ ਤੁਹਾਡੇ ਹੱਥਾਂ 'ਚ ਮੋਬਾਈਲ ਹੈ ਤਾਂ ਤੁਹਾਡੇ ਹੱਥਾਂ ਦੇ ਵਿੱਚ ਤੁਹਾਡਾ ਭਵਿੱਖ ਵੀ ਹੈ। ਲੋੜ ਹੈ ਕਿ ਇਸ ਮੋਬਾਈਲ ਨੂੰ, ਇਸ ਇੰਟਰਨੈਟ ਨੂੰ ਇਸ ਢੰਗ ਨਾਲ ਵਰਤਣਾ। ਸਾਡੀ ਇਹ ਪਹਿਲਕਦਮੀ ਹੋਵੇਗੀ, ਸਾਡੇ ਚੈਨਲ ਵੱਲੋਂ ਕੋਸ਼ਿਸ਼ ਕੀਤੀ ਜਾਵੇਗੀ, ਅਤੇ ਤੁਸੀਂ ਆਪਣਾ ਪਿਆਰ ਬਣਾਈ ਰੱਖਿਓ ਅੱਗੇ ਤੋਂ। ਜੋ ਤੁਹਾਡੀ ਮੰਗ ਹੋਵੇਗੀ, ਮੰਗ ਮੁਤਾਬਕ ਅਸੀਂ ਕੋਸ਼ਿਸ਼ ਕਰਾਂਗੇ ਉਸ ਵਿਸ਼ੇ 'ਤੇ ਵੀਡੀਓ ਬਣਾਉਣ ਦੀ, ਅਤੇ ਤੁਸੀਂ ਸਾਥ ਜ਼ਰੂਰ ਦੇਣਾ। ਅਤੇ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਹੈ ਬੱਚਿਆਂ ਦਾ ਧਿਆਨ ਅਤੇ ਆਪਣੇ ਆਂਢ ਗੁਆਂਢ ਦੇ ਵਿੱਚ, ਆਪਣੇ ਰਿਸ਼ਤੇਦਾਰੀ ਦੇ ਵਿੱਚ, ਕਿ ਬੱਚਿਆਂ ਦੇ ਵਿੱਚ ਇਹ ਰੁਝਾਨ ਪੈਦਾ ਕਰੋ ਕਿ ਉਹ ਸੈਲਫ ਸਟੱਡੀ ਕਰਨ, ਕੋਚਿੰਗ ਸੈਂਟਰਾਂ ਵੱਲ ਨਾ ਦੌੜਨ। ਕਿਸੇ ਨਾ ਕਿਸੇ ਤਰੀਕੇ ਨਾਲ ਉਹ ਸਾਡੀ ਜੇਬ 'ਚੋਂ ਪੈਸਾ ਕਢਵਾ ਰਹੇ ਆ, ਹੋ ਸਕਦਾ ਉਹਨਾਂ ਦੀ ਕੋਈ ਮਜਬੂਰੀ ਹੋਵੇ, ਉਹਨਾਂ ਦਾ ਕੋਈ ਕਾਰਨ ਹੋਵੇ, ਉਹਨਾਂ ਨੂੰ ਵੀ ਅਸੀਂ ਗਲਤ ਨਹੀਂ ਠਹਿਰਾ ਸਕਦੇ। ਪਰ ਹਾਂ, ਜਦੋਂ ਸਾਨੂੰ ਪਤਾ ਹੈ ਕਿ ਅਸੀਂ ਇੱਕ ਨਿੱਕੀ ਜਿਹੀ ਸਾਡੀ ਕੋਸ਼ਿਸ਼ ਸਾਡੀ ਜੇਬ ਨੂੰ ਬਚਾ ਸਕਦੀ, ਤਾਂ ਫਿਰ ਕਿਉਂ ਨਾ ਕੋਸ਼ਿਸ਼ ਕਰਕੇ ਦੇਖ ਲਈ ਜਾਵੇ। ਬਿਲਕੁਲ ਹਾਂਜੀ, ਤੁਸੀਂ ਹੇਠਾਂ ਕਮੈਂਟ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਅਗਲੀ ਵੀਡੀਓ ਆ ਜਾਓ। ਵੱਧ ਤੋਂ ਵੱਧ ਅਸੀਂ ਕੋਸ਼ਿਸ਼, ਸਾਡੀ ਕੋਸ਼ਿਸ਼ ਪੰਜਾਬੀ ਭਾਸ਼ਾ ਨਾਲ ਹੋਵੇਗੀ, ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਗੱਲਾਂ ਹੋਣਗੀਆਂ, ਜਾਂ ਫਿਰ ਸੰਵਿਧਾਨ ਨਾਲ ਸੰਬੰਧਿਤ, ਰਾਜਨੀਤੀ ਨਾਲ ਸੰਬੰਧਿਤ ਗੱਲਾਂ ਹੋਣਗੀਆਂ, ਇਹਦੇ ਪੰਜਾਬ ਅਤੇ ਭਾਰਤ ਦੀ ਜੀਓਗ੍ਰਾਫੀ, ਭੂਗੋਲਿਕ ਤੌਰ 'ਤੇ, ਜੋ ਜਿੰਨੀ ਕੁ ਵੱਧ ਤੋਂ ਵੱਧ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝ ਬਣਾ ਸਕਦੇ ਹਾਂ ਕੋਸ਼ਿਸ਼ ਕਰਾਂਗੇ। ਤੁਸੀਂ ਇਹਨਾਂ ਵਿਸ਼ਿਆਂ ਨੂੰ ਪਹਿਲ ਦੇ ਆਧਾਰ 'ਤੇ ਹੇਠਾਂ ਕਮੈਂਟ ਦੇ ਵਿੱਚ ਲਿਖ ਸਕਦੇ ਹੋ, ਅਤੇ ਅਸੀਂ ਤੁਹਾਡੀ ਇਸ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਅੱਜ ਦੇ ਲਈ ਫਿਲਹਾਲ ਇੰਨਾ ਹੀ, ਅਤੇ ਮੈਨੂੰ ਪੰਜਾਬ ਸਿੰਘ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।